greater اور smaller ਇਸ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜਾ ਬਿਗ ਡਿਜੀਟ ਹੁੰਦਾ ਨਾ ਉਹਦੇ ਵਾਲੇ ਪਾਸੇ ਜਿਹੜਾ ਸਾਈਨ ਹੁੰਦਾ ਉਹ ਓਪਨ ਹੁੰਦਾ ਉਹ ਜਿਹੜਾ ਸਮਾਲ ਹੁੰਦਾ ਉਧਰ ਸਾਈਨ ਜਿਹੜਾ ক্লোਜ਼ ਹੁੰਦਾ ਆ ਸੋ ਅਸੀਂ ਡਿਜੀਟਸ ਦੀ ਗੱਲ ਕਰਾਂਗੇ ਮੈਥ ਦੇ ਕੁਝ ਡਿਜੀਟਸ ਦੀ ਗੱਲ ਕਰਾਂਗੇ ਕਿ ਗ੍ਰੇਟਰ ਕਿਹੜਾ ਹੁੰਦਾ ਔਰ ਸਮਾਲਰ ਕਿਹੜਾ ਹੁੰਦਾ ਤੇ ਸਾਈਨ ਕਿਸ ਤਰੀਕੇ ਨਾਲ ਅਸੀਂ ਯੂਜ਼ ਕਰਨਾ ਆ ਉਹ ਜਿਸ ਤਰ੍ਹਾਂ ਟੂ ਪੇਸ ਹੈਗੇ ਆ ਸ਼ੂਜ਼ ਦੇ ਇਹਦੇ ਵਿੱਚ 3010 ਔਰ ਇੱਕ ਪਾਸੇ ਹੈਗਾ 300 ਸੋ 3010 ਵਾਲਾ ਜਿਹੜਾ ਹੈਗਾ ਉਹ ਵੈਲਿਊ ਜ਼ਿਆਦਾ ਆ ਇਸ ਕਰਕੇ ਜਿਹੜਾ ਸਾਈਨ ਆ ਉਹ 3010 ਵਾਲੇ ਪਾਸੇ ਜਿਹੜਾ ਆ ਓਪਨ ਹੋਵੇਗਾ ਇਹਦੇ ਵਿੱਚ ਇੱਕ ਫੈਨ ਦੱਸਿਆ ਹੋਇਆ ਉਹਦਾ ਰੇਟ ਦੱਸਿਆ ਹੈ ਰੁਪੀਏ 1200 ਉਹ ਦੂਸਰੇ ਪਾਸੇ ਇੱਕ ਬਲਬ ਹੈਗਾ ਉਹਦਾ ਰੇਟ ਹੈਗਾ 150 ਸੋ so, 1200 ਰੇਟ ਜਿਹੜਾ ਆ ਉਹ ਜ਼ਿਆਦਾ ਐ ਇਸ ਕਰਕੇ ਇਹ ਗ੍ਰੇਟਰ ਹੋਵੇਗਾ ਤੇ ਜਿਹੜਾ ਸਾਈਨ ਆ ਉਹ 1200 ਵਾਲੇ ਪਾਸੇ ਓਪਨ ਹੋਵੇਗਾ ਨੈਕਸਟ ਵਨ ਇਜ਼ ਇੱਕ ਪਾਸੇ ਕਲੌਕ ਹੈ ਦੂਸਰੇ ਪਾਸੇ ਹੈਗਾ LED LED ਦੇ ਜਿਹੜਾ ਰੇਟ ਹੈਗਾ ਉਹ ਕਲੌਕ ਦੇ ਰੇਟ ਨਾਲੋਂ ਵੱਧ ਹੈਗਾ ਇਸ ਕਰਕੇ LED ਦੇ ਰੇਟ ਵਾਲੇ ਪਾਸੇ ਗ੍ਰੇਟਰ ਡਿਜੀਟ ਨੰਬਰ ਵਾਲੇ ਪਾਸੇ ਜਿਹੜਾ ਸਾਈਨ ਆ ਓਪਨ ਹੋਵੇਗਾ ਸੋ ਇਸੇ ਤਰੀਕੇ ਦੇ ਨਾਲ ਨੈਕਸਟ ਵਨ ਇੱਕ ਪਾਸੇ ਰੇਡੀਓ ਦਿੱਤਾ ਹੋਇਆ ਹੈ ਇੱਕ ਪਾਸੇ ਫੈਨ ਦਾ ਰੇਟ ਦਿੱਸਿਆ ਹੋਇਆ ਹੈ ਸੋ ਰੇਡੀਓ ਦਾ ਹੈਗਾ 560 ਔਰ ਜਿਹੜਾ ਫੈਨ ਉਹਦਾ ਹੈਗਾ 2500 ਸੋ 2500 bigger ਹੈਗਾ ਇਸ ਕਰਕੇ ਫੇਰ ਵਾਲੇ ਪਾਸੇ ਜਿਹੜਾ ਇਹ ਦਾ ਫੇਸ ਹੈ ਆ ਓਪਨ ਹੋਵੇਗਾ ਸਾਈਨ ਦਾ ਬਟ ਜੇਕਰ ਇਸ ਤਰੀਕੇ ਦੇ ਨਾਲ ਤੁਹਾਨੂੰ ਕੰਪੇਅਰ ਦਾ ਫੋਲੋਇੰਗ ਕਰਨੇ ਆ ਜਾਣ ਤੇ ਫਿਰ ਤੁਸੀਂ ਕੀ ਕਰਨਾ ਕਿ ਕੱਲਾ-ਕੱਲਾ ਡਿਜੀਟ ਦੇਖਿਆ ਕਰੋ ਜੇਕਰ ਤੁਹਾਨੂੰ ਇਕੱਠਾ ਡਿਜੀਟ ਨਹੀਂ ਪਤਾ ਲੱਗਦਾ ਕਿ ਕਿਹੜਾ bigger ਹੈ ਕਿਹੜਾ smaller ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਇਹਦਾ ਨਾ ਪਹਿਲਾ-ਪਹਿਲਾ ਡਿਜੀਟ ਜਿਹੜਾ ਉਹ ਮੈਚ ਕਰਨਾ ਜਿੱਦਾਂ ਹੁਣ Uh, 238 ਦੇ ਵਿੱਚ 2 ਪਹਿਲਾ ਡਿਜੀਟ ਜਿਹਦੇ नीचे ਮੈਂ ਅੰਡਰਲਾਈਨ ਕੀਤਾ ਔਰ 832 ਦਾ ਪਹਿਲਾ ਡਿਜੀਟ ਹੈਗਾ 8 ਸੋ 2 ਔਰ 8 ਦੇ ਵਿੱਚ 8 bigger ਹੈ ਇਸ ਕਰਕੇ ਤੁਸੀਂ ਨੈਕਸਟ ਡਿਜੀਟ ਨਹੀਂ ਦੇਖਣੇ ਤੁਸੀਂ 8 ਵਾਲੇ ਪਾਸੇ ਇਹਦਾ ਸਾਈਨ ਦਾ ਜਿਹੜਾ ਫੇਸ ਹੈਗਾ ਮਾਉਥ ਹੈਗਾ ਓਪਨ ਕਰ ਦੇਣਾ ਨੈਕਸਟ ਵਨ ਜੇਕਰ ਫਸਟ ਫਸਟ ਡਿਜੀਟ ਜਿਹੜੇ ਉਹ ਸੇਮ ਹੋ ਜਾਂਦਾ 2 اور 2 ਸੇਮ ਆ ਹਨਾ ਦੋਵਾਂ ਦੇ اور ਜਿਹੜਾ ਸੈਕਿੰਡ ਫਿਰ ਤੁਸੀਂ ਸੈਕਿੰਡ ਸੈਕਿੰਡ ਮੈਚ ਕਰਨਾ ਕਿਉਂਕਿ ਫਸਟ ਵਾਲੇ ਵਿੱਚ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਨਾ ਬਿਗਰ ਕਿਹੜਾ ਉਹ ਸਮਾਲਰ ਕਿਹੜਾ ਇਸ ਕਰਕੇ ਤੁਸੀਂ ਸੈਕਿੰਡ ਵਾਲਾ ਦੇਖਣਾ ਸੈਕਿੰਡ ਵੀ ਸੇਮ ਆ 0 0 ਦੋਵਾਂ ਦੇ ਠੀਕ ਹੈ ਸੋ ਇਹਦੇ ਵਿੱਚ ਵੀ ਤੁਹਾਨੂੰ ਨਹੀਂ ਪਤਾ ਲੱਗਾ ਫਿਰ ਤੁਸੀਂ ਥਰਡ ਵਾਲੇ ਦੇਖਣੇ ਆ ਨੈਕਸਟ ਇਹਦੇ ਵਿੱਚ ਇੱਕ 5 ਹੈਗਾ ਉਹ ਦੂਸਰਾ ਹੈਗਾ 3 ਸੋ 5 ਵਾਲਾ ਜਿਹੜਾ 5 3 ਨਾਲੋਂ ਬਿਗਰ ਹੋਏਗਾ ਇਸ ਕਰਕੇ ਤੁਸੀਂ ਨੈਕਸਟ ਡਿਜੀਟ ਦੇਖਣ ਦੀ ਲੋੜ ਨਹੀਂ ਆ ਤੁਹਾਨੂੰ ਤੁਸੀਂ 2057 ਵਾਲੇ ਪਾਸੇ ਜਿਹੜਾ ਮਾਉਥਾ ਸਾਈਨ ਦਾ ਓਪਨ ਕਰਕੇ ਰੱਖ ਦੇਣਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਮੈਚਿੰਗ ਕਰਕੇ ਵੀ bigger اور greater ਇੱਕੋ ਹੀ ਚੀਜ਼ ਹੁੰਦੀ ਹੈ और ਸਮਾਲਾਟ ਨੂੰ ਪਤਾ ਕਰ ਸਕਦੇ ਹੋਗੇ ਸਾਈਨ ਜਿਹੜਾ ਕਿਸ ਤਰੀਕੇ ਨਾਲ ਯੂਜ਼ ਹੋਣਾ ਹੈ थैंक्स फॉर वाचिंग